ਪਤੀ ਦਾ ਕਤਲ ਕਰਨ ਵਾਲੀ ਪਤਨੀ ਪ੍ਰੇਮੀ ਸਮੇਤ ਗ੍ਰਿਫਤਾਰ। ਫਾਜ਼ਿਲਕਾ ਦੇ ਸਰਹੱਦੀ ਪਿੰਡ ਹਸਤਾ ਕਲਾਂ ਅੰਦਰ ਪ੍ਰੇਮ ਸੰਬੰਧਾਂ ਨੂੰ ਲੈ ਕੇ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧ ਵਿੱਚ DSP ਫਾਜ਼ਿਲਕਾ ਹਰਪਿੰਦਰ ਕੌਰ ਨੇ ਜਾਣਕਾਰੀ ਦਿੱਤੀ। ਕੱਲ੍ਹ ਪਿੰਡ ਹਸਤਾ ਕਲਾਂ ਦੇ ਵਿੱਚ ਇੱਕ ਮਰਡਰ ਹੋਇਆ ਹੈ। ਮ੍ਰਿਤਕ ਦਾ ਨਾਂ ਹੈ ਸ਼ਿੰਦਰਪਾਲ ਸਿੰਘ, ਜਿਸਦੀ ਲਾਸ਼ ਮਿਲਣ 'ਤੇ ਪੁਲਿਸ ਪਾਰਟੀ ਤੁਰੰਤ ਉੱਥੇ ਪਹੁੰਚ ਗਈ ਅਤੇ ਅਸੀਂ ਬਹੁਤ ਸ਼ੋਰਟ ਡਿਊਰੇਸ਼ਨ ਦੇ ਵਿੱਚ ਮ੍ਰਿਤਕ ਦੇ ਜਿਹੜੇ ਕਤਲ ਕਰਨ ਵਾਲੇ ਨੇ, ਉਹਦੀ ਮਿਸਿਜ਼ ਅਤੇ ਉਹਦਾ ਪ੍ਰੇਮੀ, ਦੋਵਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੈ। ਐਂਡ ਆਪ ਟੀਮ ਹੈਜ਼ ਪਰਫੋਰਮ ਰੀਅਲੀ ਵੈਲ। ਸਾਨੂੰ 29 ਤਰੀਕ ਨੂੰ ਕਰੀਬ 9:30 ਦੇ ਆਸ ਪਾਸ, 29/3 ਇਸ ਮੰਥ, ਕੱਲ੍ਹ ਸਵੇਰ ਦੀ ਗੱਲ ਹੈ, 9:30 ਦੇ ਆਸ ਪਾਸ ਇਤਲਾਹ ਮਿਲੀ ਕਿ ਸ਼ਿੰਦਰਪਾਲ ਸਿੰਘ, ਜੋ ਕਿ ਹਸਤਾ ਕਲਾਂ ਦਾ ਰਹਿਣ ਵਾਲਾ ਸੀ, ਉਹਦੇ ਫਾਦਰ ਸਾਹਿਬ ਕਸ਼ਮੀਰ ਸਿੰਘ ਵੱਲੋਂ ਇਹ ਇਨਫੋਰਮੇਸ਼ਨ ਪ੍ਰਾਪਤ ਹੋਈ ਕਿ ਉਹਦੀ ਮੌਤ ਹੋ ਗਈ ਹੈ। ਉਹਨਾਂ ਨੇ ਇਹ ਵੀ ਸ਼ੱਕ ਦਰਸਾਇਆ ਕਿ ਉਹਨਾਂ ਦੀ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੇ ਮਿਲੀ ਭੁਗਤ ਦੇ ਨਾਲ ਇਸ ਦਾ ਕਤਲ ਕੀਤਾ ਹੈ, ਸ਼ਿੰਦਰਪਾਲ ਸਿੰਘ ਦਾ। ਇਨਫੋਰਮੇਸ਼ਨ ਮਿਲਦੇ ਸਾਰ ਹੀ ਸਦਰ ਫਾਜ਼ਿਲਕਾ SHO ਸਰਦਾਰ ਜੋਗਿੰਦਰ ਸਿੰਘ ਸਮੇਤ ਪੁਲਿਸ ਪਾਰਟੀ, ਜਿਸ ਵਿੱਚ ASI ਬਲਕਾਰ ਸਿੰਘ ਵੀ ਸ਼ਾਮਿਲ ਸੀਗੇ, ਮੌਕੇ 'ਤੇ ਪੁੱਜ ਗਏ। ਲਾਸ਼ ਨੂੰ ਕਬਜ਼ਾ ਪੁਲਿਸ ਵਿੱਚ ਲੈ ਲਿਆ ਗਿਆ। ਪੁਲਿਸ ਮੋਰਟਮ ਕਰਵਾਉਣ ਤੋਂ ਬਾਅਦ ਅੰਤਿਮ ਸੰਸਕਾਰ ਲਈ ਉਸਦੇ ਰਿਸ਼ਤੇਦਾਰਾਂ ਦੇ ਹਵਾਲੇ ਕੀਤਾ ਗਿਆ। ਮਾਨਯੋਗ SSP ਸਾਹਿਬ IPS ਦੀਪਕ ਹਿਲੋਰੀ ਜੀ ਦੀ ਅਗਵਾਈ ਦੇ ਵਿੱਚ, ਉਹਨਾਂ ਦੀ ਡਾਇਰੈਕਸ਼ਨਸ ਦੇ ਮੁਤਾਬਕ 2 ਟੀਮਾਂ ਦੀ ਗਠਨ ਕੀਤਾ ਗਿਆ। ਉਹਨਾਂ ਦੋਨਾਂ ਟੀਮਾਂ ਦੇ ਗਠਨ ਦੀ ਅਗਵਾਈ ਸਰਦਾਰ ਜਗਦੀਸ਼ ਕੁਮਾਰ ਜੀ, DSP ਫਾਜ਼ਿਲਕਾ ਸਬ ਡਿਵੀਜ਼ਨ ਕਰ ਰਹੇ ਸੀ। ਇਹਨਾਂ ਦੋਨੋਂ ਟੀਮਸ ਨੇ ਅੱਜ ਮੋਰਨਿੰਗ ਦੇ ਵਿੱਚ ਮ੍ਰਿਤਕ ਦੇ ਕਾਤਲ, ਉਸਦੀ ਪਤਨੀ ਬੀਰੋਬਾਈ ਅਤੇ ਉਸਦਾ ਪ੍ਰੇਮੀ ਗੁਰਜੰਟ ਸਿੰਘ ਉਰਫ ਜੰਟੀ ਪੁੱਤਰ ਮੁਖਤਿਆਰ ਸਿੰਘ ਨੂੰ ਅਰੈਸਟ ਕਰ ਲਿਆ ਹੈ। ਬੀਰੋਬਾਈ ਦੀ ਅਰੈਸਟ ਨਹਿਰ ਦੇ ਕਿਨਾਰੇ 'ਤੇ ਹੋਈ ਹੈ, ਨਹਿਰ ਦੇ ਆਸ ਪਾਸ, ਅਤੇ ਉਹਦਾ ਜਿਹੜਾ ਪ੍ਰੇਮੀ ਸੀ ਗੁਰਜੰਟ ਸਿੰਘ ਉਰਫ ਜੰਟੀ ਪੁੱਤਰ ਮੁਖਤਿਆਰ ਸਿੰਘ, ਜੋ ਕਿ ਨਵਾਂ ਹਸਤਾ ਕਲਾਂ ਦਾ ਰਹਿਣ ਵਾਲਾ ਹੈ, ਇਹ ਪੈਸਿਆਂ ਦਾ ਜੁਗਾੜ ਕਰ ਰਿਹਾ ਸੀ। ਇਹ ਦੋਨੋਂ ਭੱਜਣ ਦੀ ਤਾਕ ਦੇ ਵਿੱਚ ਸੀ। ਸੋ ਸਾਡੀ ਟੀਮ ਨੇ ਬਹੁਤ ਅਲਰਟਨੈਸ ਦੇ ਨਾਲ, ਬਹੁਤ ਵਿਜੀਲੈਂਟ ਹੋ ਕੇ ਅਤੇ ਬਹੁਤ ਫਾਸਟ ਸਵਿਫਟ ਐਕਸ਼ਨ ਦਿਖਾਉਂਦੇ ਹੋਏ ਇਸ ਕੇਸ ਨੂੰ ਟਰੇਸ ਕੀਤਾ ਹੈ। ਆਰ ਟੀਮ ਹੈਜ਼ ਡਨ ਰੀਅਲੀ ਵੈਲ। ਉੱਥੇ ਹੀ ਕਥਿਤ ਦੋਸ਼ੀ ਗੁਰਜੰਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਪਣੀ ਪਤਨੀ ਉੱਤੇ ਤਸ਼ੱਦਦ ਕਰਦਾ ਸੀ। ਬਹੁਤ ਮਾਰਦਾ ਕੁੱਟਦਾ ਸੀ, ਮੈਨੂੰ ਨਿੱਤ ਪਰੇਸ਼ਾਨ ਕਰਦੀ ਸੀ ਕਿ ਆਹ ਗੱਲ ਹੈ, ਬਾਤ ਹੈ। ਮੈਂ ਵਿੱਚ ਬੜਾ ਦਿਸਾਉਂਦਾ ਸੀ, ਮੈਨੂੰ ਆਉਂਦਾ ਸੀ, ਪਰ ਫਿਰ ਵੀ ਉਸ ਰਾਤ ਵੀਰ ਨੂੰ ਬੜਾ ਕੁੱਟਿਆ ਮਾਰਿਆ ਸੀ, ਵੀ ਗਰਦਨ ਨੱਪ ਗਈ ਕੁਛ, ਇੱਕ ਦਿਨ ਪਹਿਲਾਂ ਵੀ ਮੈਨੂੰ ਕਹਿੰਦੇ ਗੋਲੀ ਲਿਆ ਦੇ। ਮੈਂ 3-4 ਦਿਨ ਪਹਿਲਾਂ, 3-5 ਦਿਨ 82 ਗੋਲੀਆਂ ਲਿਆ ਕੇ ਦਿੱਤੀਆਂ ਸੀ। ਮੈਂ ਵਿੱਚ ਉਹਨਾਂ ਘਰ ਰਹਿਣ ਦੇ ਕੰਮ ਨਾ ਕਰੀਏ, ਫਿਰ ਵੀ ਇਹਨੇ ਰਾਤ ਨੂੰ ਗੋਲੀਆਂ ਪਾ ਦਿੱਤੀਆਂ। ਉਹ ਮਜਬੂਰ ਉਹਨੇ ਵੀ ਕਰ ਦਿੱਤਾ ਵੀ ਇਹਨੂੰ ਇੰਨਾ ਕੁ ਉਹਨੇ ਮਾਰਿਆ ਉਸ ਰਾਤ ਹੱਥ ਤੋਂ ਬਾਹਰ ਕਰ, ਅਤੇ ਇਹਨੇ ਗੋਲੀਆਂ ਪਾ ਦਿੱਤੀਆਂ। ਇਹਨੂੰ ਹੁਣ ਪਤਾ ਵੀ ਇਹਨੇ ਰੋਟੀ ਛਪਾਈਆਂ, ਕਿਸ ਤਰ੍ਹਾਂ ਪਾਈਆਂ, ਉਹ ਸੌਂ ਗਿਆ, ਅਸੀਂ ਤੁਰਨਾ ਗਲਾ ਦਬਾ ਦਿੱਤਾ।